ਬੱਸ ਵਿੱਚ ਵਿਹੋਤਾ ਨਾਲ ਛੇੜਛਾੜ ਕਰਦਾ ASI ਕਾਬੂ। ਬਠਿੰਡਾ ਤੋਂ ਫਰੀਦਕੋਟ ਜਾ ਰਹੀ ਨਿੱਜੀ ਕੰਪਨੀ ਦੀ ਇੱਕ ਬੱਸ ਵਿੱਚ ਲੋਕਾਂ ਨੇ ਇੱਕ ਵਿਹੋਤਾ ਨਾਲ ਛੇੜਛਾੜ ਕਰ ਰਹੇ ਇੱਕ ASI ਨੂੰ ਕਾਬੂ ਕਰਕੇ ਥਾਣਾ ਕੋਤਵਾਲੀ ਦੀ ਪੁਲਿਸ ਹਵਾਲੇ ਕੀਤਾ ਹੈ। ASI ਦੀ ਪਹਿਚਾਣ ਜਸਪਾਲ ਸਿੰਘ ਸਿੱਧੂ ਵਜੋਂ ਹੋਈ ਹੈ, ਜੋ ਕਿ ਥਾਣਾ ਜੈਤੋਂ ਵਿਖੇ ਤਾਇਨਾਤ ਹੈ। ਇਸ ਸੰਬੰਧੀ ਪੀੜਿਤ ਮਹਿਲਾ ਨੇ ਦੱਸਿਆ ਕਿ ਉਹ ਨਿੱਜੀ ਕੰਪਨੀ ਦੀ ਬੱਸ ਵਿੱਚ ਬਠਿੰਡਾ ਤੋਂ ਫਰੀਦਕੋਟ ਨੂੰ ਆ ਰਹੀ ਸੀ ਕਿ ਉਕਤ ASI ਵੀ ਰਸਤੇ ਵਿੱਚ ਕੋਟਕਪੂਰਾ ਤੋਂ ਬੱਸ ਵਿੱਚ ਸਵਾਰ ਹੋ ਗਿਆ, ਜੋ ਕਿ ਉਸ ਦੇ ਨਾਲ ਆ ਕੇ ਬੈਠ ਗਿਆ। ਮਹਿਲਾ ਅਨੁਸਾਰ ਬੈਠਦੇ ਹੀ ਉਕਤ ASI ਨੇ ਉਸ ਦਾ ਨਾਂ ਪੁੱਛਿਆ, ਜੋ ਕਿ ਡਰਾ ਧਮਕਾ ਕੇ ਉਸ ਨਾਲ ਛੇੜਛਾੜ ਕਰਨ ਲੱਗ ਪਿਆ। ASI ਦੀਆਂ ਹਰਕਤਾਂ ਨੂੰ ਬੱਸ ਵਿੱਚ ਬੈਠੇ ਲੋਕ ਦੇਖ ਰਹੇ ਸਨ, ਜਿਨ੍ਹਾਂ ਨੇ ਕਿ ਫਰੀਦਕੋਟ ਬੱਸ ਸਟੈਂਡ ਪਹੁੰਚਦੇ ਹੀ ASI ਨੂੰ ਕਾਬੂ ਕਰ ਲਿਆ। ਉੱਧਰ ਥਾਣਾ ਕੋਤਵਾਲੀ ਦੇ SHO ਗੁਰਦੇਵ ਸਿੰਘ ਨੇ ਦੱਸਿਆ ਕਿ ਪੀੜਿਤ ਮਹਿਲਾ ਦੇ ਬਿਆਨਾਂ 'ਤੇ ASI ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। शाम को हमारे पास एक फरीदकोट की लड़की है, उसकी उम्र करीब है 20 साल के करीब है, 21 साल। उसने अपने फादर के साथ आकर हमें कंप्लेंट की। वो कल शाम के वक्त कोटकपुरा से बस के जरिए फरीदकोट आ रही थी, तो फरीदकोट के पास आकर कोटकपुरा से कि जसपाल सिंह ASI है जो जैतों में पोस्टेड है, तो उसने पहले उसका फ़ोन मांगा और उसके साथ बस में छेड़छाड़ की। जो उसने कंप्लेंट हमें दी है तो उसके बेस पर हमने FIR नंबर 97 लॉस कर दिया है अंडर सेक्शन 354 और ASI को अरेस्ट कर लिया गया। उसको जो सस्पेंशन उसकी है उसकी रिपोर्ट भेजी जा रही है सीनियर अथॉरिटी को, डिसिप्लिन जो उसने क्रिएट किया उसको।